ਮਰਹਮ ਰਹੀਮ तमाम ਦੇਖਣ ਵਾਲੇ ਪਿਆਣਾ ਭਰਾਵਾਂ ਨੂੰ ਅਸਲਾਮੁਅਲੈਕਮ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਅਲਹਮਦੁਲਿਲਾ ਮੈਂ ਵੀ ਠੀਕ ਠਾਕ ਹਾਂ ਮੇਰੀ ਅੱਖ ਦਾ ਹਜੇ ਹੈ ਥੋੜਾ ਜਿਹਾ ਮਸਲਾ ਤੇ ਅੱਜ ਚੈੱਕ ਕਰਵਾਨੇ ਆ ਡ੍ਰੌਪ ਡ੍ਰੌਪ ਲੈ ਕੇ ਨਾ ਪਾਨੇ ਆ ਪਾਣੀ ਬਹੁਤ ਆਉਂਦਾ ਅੱਖ ਚੋਂ ਯਾਰ ਤੇ ਥੋੜੀ ਜਿਹੀ ਨਾ ਰੜਕ ਵੀ ਪੈਂਦੀ ਹੈ ਇੱਥੇ ਅੱਲਾਹ ਕੀ ਤੇ ਇਨਸ਼ਾ ਅੱਲਾਹ ਬਿਹਤਰ ਹੋ ਜਾਏਗੀ ਤੇ ਤੁਸੀਂ ਦੇਖਦੇ ਪਏ ਹੋ ਮਾਸ਼ਾ ਅੱਲਾ ਮੇਰੇ ਪਿੱਛੇ ਨਜ਼ਾਰਾ ਖੂਬਸੂਰਤ ਕਣਕਾਂ ਪੱਕੀਆਂ ਹੋਈਆਂ ਵਾ ਖੇਤਾਂ ਦੇ ਵਿੱਚ ਇਸ ਟਾਈਮ ਆ ਮੌਜੂਦ ਹਾਂ ਔਰ ਮੇਰੇ ਕੋਲ ਕਈ ਵੀ ਪਈ ਆ ਤੇ ਕਈ ਕਾਦੇ ਤੋਂ ਆ ਔਰ ਮੈਂ ਇੱਥੇ ਕੀ ਕਰਦਾ ਪਿਆ ਆ ਇਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲੇਗਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲੇ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਇਕੱਲੇ ਕਰਦੇ ਆ ਮਜ਼ੇਦਾਰ ਜੀ ਵੀਡੀਓ ਸ਼ੁਰੂ ਤੇ ਅਲਹਮਦੁਲਿਲਾ ਜੀ ਇੱਥੇ ਇੱਕ ਆਂਬ ਵੀ ਲੱਗਾ ਆ ਤੇ ਆਂਬ ਦੇ ਉੱਤੇ ਨਿੱਕੀ ਨਿੱਕੀਆਂ 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 ਆਣ ਗਿਆ ਆਂਬੀਆਂ ਵੀ ਲੱਗੀਆਂ ਆ ਤੇ ਇਹ ਦੇਖੋ ਤੁਸੀਂ ਮਾਸ਼ਾਅੱਲਾ। ਔਰੇ ਪੂਰਾ ਅੰਬ ਜਿਹੜਾ ਨਾ ਦੇਖੋ ਫਲ ਦੇ ਨਾਲ ਭਰਿਆ ਪਿਆ। ਔਰ ਇਧਰ ਮਾਰਨਿੰਗ ਹੋ ਰਹੀ ਐ ਅੰਬਾਂ ਦੇ ਓਲੇ। ਇਹ ਮਾਸ਼ਾਅੱਲਾ ਖੂਬਸੂਰਤ ਨਜ਼ਾਰੇ ਕਣਕਾਂ ਪੱਕੀਆਂ ਹੋਈਆਂ। ਅੱਜ ਆ ਕੱਲ ਪਰਸੋਂ ਇਹ ਵੀ ਵੱਡੀ ਜਾਏਗੀ। ਔਰ ਮੈਂ ਇੱਥੇ ਕੀ ਕਰਨ ਨੂੰ ਆ? ਅਸੀਂ ਜਨਾਬ ਇਹ ਖਾਲਾ ਸਾਫ਼ ਕਰਨਾ ਵਾ। ਖਾਲਾ ਪੂਰਾ ਓ ਕਿਕਰ ਤੋਂ ਅੱਗੇ ਤੱਕ। ਤਕਰੀਬਨ 1.5 ਕਿੱਲੇ ਦਾ ਖਾਲਾ ਵਾ ਮਤਲਬ 1.5 ਏਕੜ ਦਾ ਖਾਲਾ ਇਹ ਸਾਫ ਕਰਨਾ ਕਿ ਕਿਉਂ ਸਾਫ ਕਰਨਾ ਵਾ ਇਹ ਵੀ ਤੁਹਾਨੂੰ ਅੱਜ ਦੀ ਵੀਡੀਓ ਚ ਮੈਂ ਦੱਸਾਂਗਾ ਤੇ ਚਲੇ ਕਰਦੇ ਆਂ ਕੰਮ ਸ਼ੁਰੂ ਮੈਂ ਕਿਹਾ ਸਵੇਰੇ ਸਵੇਰੇ ਕੰਮ ਨੂੰ ਬੇੜ ਆਈ ਹੈ ਜਰਾ ਸਿਰ ਧੁੱਪ ਚੜ ਜਾਂਦੀ ਹੈ ਇਹ ਖਾਲਾ ਦੇਖੋ ਦੋਵਾਂ ਤਰਫਾਂ ਤੋਂ ਮੈਂ ਸਾਫ਼ ਕਰ ਲਿਆ ਠੀਕ ਹੈ ਇੱਥੇ ਤੇ ਕਰ ਇਸੇ ਤਰ੍ਹਾਂ ਹੀ ਅਗਲਾ ਖਾਲਾ ਤੋੜ ਤੇ ਕਰ ਸਾਫ਼ ਕਰਨਾ ਤੇ ਇਹ ਜੀ ਮੈਂ ਵਾਈ ਰੱਖੀ ਆ ਇੱਥੇ ਇਹ 4 ਕਿੱਲੇ ਬਣਦੇ ਆ 4 ਕਿੱਲੇ ਵਾਈ ਰੱਖੀ ਆ ਤੁਹਾਨੂੰ ਪਤਾ ਹੈ ਮਹਿੰਗਾਈ ਦਾ ਤੂਫਾਨ ਕਿਸ ਤਰ੍ਹਾਂ ਆ ਰਿਹਾ ਹੈ ਕੀ ਬਣੇਗਾ ਕੋਈ ਪਤਾ ਨਹੀਂ ਆ ਤੇ ਰੋਜ਼ੀ ਕਮਾਣੀ ਬਹੁਤ ਮੁਸ਼ਕਲ ਹੋ ਗਈ ਹੈ ਹਾਈਕਰ ਕੰਮ ਸ਼ਾਮ ਦੇ ਹਾਲਾਤ ਬਿਲਕੁਲ ਨਹੀਂ ਸੀ ਹੈ ਸਵਾਈ ਦੇ ਕੰਮ ਦੇ ਵਿੱਚ ਇਹ 4 ਕਿੱਲੇ ਮੈਂ ਵਾਈ ਰੱਖੀ ਨਾਲ ਅਠਵੇਂ ਹਿੱਸੇ ਤੇ ਤੇ ਚਲੋ ਕੁਛ ਨਾ ਕੁਛ ਤੇ ਆਸਰਾ ਹੋਏਗਾ ਤੁਹਾਨੂੰ ਪਤਾ ਹੈ ਮੇਰਾ ਮਕਾਨ ਦੀ ਹਾਲਤ ਵੀ ਬਹੁਤ ਖਰਾਬ ਆ ਤੇ ਮਕਾਨ ਵੀ ਬਣਾਣਾ ਵਾ ਬੱਚਿਆਂ ਲਈ ਕੋਈ ਛੱਤ ਦਾ ਇੰਤਜ਼ਾਮ ਵੀ ਕਰਨਾ ਵਾ ਪੱਕੀ ਛੱਤ ਦਾ ਤੇ ਬਸ ਉਸੇ ਦੇ ਵਿੱਚ ਕੋਸ਼ਿਸ਼ ਦੇ ਵਿੱਚ ਲੱਗੇ ਆ ਅੱਲਾਹ ਤਾਲਾ ਇਹ ਕਾਮਯਾਬੀ ਦੇਵੇ ਚਲੋ ਇਹ ਦੋ ਮਕਾਨ ਬਣ ਜਾਣਗੇ ਤੇ ਮਕਾਨ ਆਪਣਾ ਚਲੋ ਖੜਾ ਹੋ ਜਾਏਗਾ ਅਲਹਮਦੁਲਿਲਾ ਬਸ ਇਸੇ ਸੋਚ ਦੇ ਵਿੱਚ ਯਾਨੀ ਕਿ ਘਰ ਬਣਾਉਣ ਦੀ ਸੋਚ ਮੈਂ ਵਾਈ ਰੱਖਿਆ ਚਲੋ ਕੋਈ ਸਾਲ ਬਾਅਦ ਕੁਛ ਨਾ ਕੁਛ ਆਏਗਾ ਔਰ ਮਕਾਨ ਬਣ ਜਾਏਗਾ ਅੱਲਾ ਖੈਰ ਕਰੇ ਬਸ ਇਹ ਹੀ ਹੈ ਔਰ ਫਿਰ ਉੱਪਰ ਸੇ ਮਹਿੰਗਾਈ ਔਰ ਤੁਹਾਨੂੰ ਪਤਾ ਹੈ ਕਿ ਅੱਜਕੱਲ ਗੰਧਮ ਦਾ ਰੇਟ ਜਿਹੜਾ ਚੱਲਦਾ ਪਿਆ ਹੈ 4000 ਰੁਪਏ ਮੰਨ ਚੱਲਦਾ ਪਿਆ ਚਲੋ ਸਾਲ ਬਾਅਦ ਕੋਈ ਖਾਣ ਵਾਸਤੇ ਗੰਧਮ ਤੇ ਆ ਜਾਏਗੀ ਤੇ ਇਹ ਸੀ ਮੇਰੀ ਯਾਨੀ ਕਿ ਸੋਚ ਔਰ ਤੁਸੀਂ ਮੈਨੂੰ ਕਮੈਂਟ ਬਾਕਸ ਚ ਜ਼ਰੂਰ ਦੱਸਣਾ ਕਿ ਕੀ ਮੈਂ ਸਹੀ ਫੈਸਲਾ ਕੀਤਾ ਵਾ ਸੋਚਿਆ ਵਾ ਜੋ ਇਹ ਤੇ ਹੈ ਥੋੜਾ ਮੁਸ਼ਕਲ ਕੰਮ ਲੈ ਕੇ ਨਾ ਕੋਸ਼ਿਸ਼ ਕਰਾਂਗੇ ਔਰ ਮੁਸ਼ ਓਕੇ ਹੋ ਕੇ ਹੁਣ ਕਰਾਂਗੇ ਤੇ ਫੇਰੀ ਕੁਝ ਬਣੇਗਾ ਅਗਰ ਹੋਣੀ ਨਹੀਂ ਹੈ ਯਾਨੀ ਕਿ ਰਿਸਕ ਲਿਆ ਓਕੇ ਨਹੀਂ ਹੋਏ ਤੇ ਫਿਰ ਅੱਗੇ ਜਾ ਕੇ ਕੀ ਹੋਏਗਾ ਤੇ ਤੁਸੀਂ ਆਪਣੀ ਮੈਨੂੰ ਦੁਆਵਾਂ ਚ ਯਾਦ ਰੱਖਣਾ ਹੈ ਅੱਲਾ ਪਾਕ ਸਿਹਤ ਦਵੇ ਮੈਨੂੰ ਮੇਰੇ ਬੱਚਿਆਂ ਨੂੰ ਵਾਲਦਾ ਨੂੰ بی بیگم ਨੂੰ ਮੇਰੀ ਨੂੰ ਤੇ ਬੱਚਿਆਂ ਨੂੰ ਮੇਰੇ ਮਾਸ਼ਾ ਅੱਲਾ ਸਿਹਤ ਦਵੇ ਔਰ ਮੈਨੂੰ ਵੀ ਸਿਹਤ ਦਵੇ ਤਾਂ ਕਿ ਮੈਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕਾਂ ਇਹ ਸੀ ਮੇਰੇ ਅੱਜ ਦੀ ਯਾਨੀ ਕਿ ਰੁਟੀਨ ਅੱਜ ਦੀ ਛੋਟੀ ਵੀਡੀਓ ਅਜੇ ਖਾਲਾ ਬਹੁਤ ਸਾਰਾ ਕਰਨ ਵਾਲਾ ਪਿਆ ਵਾ ਤੇ ਮੈਂ ਅਗਰ ਵੀਡੀਓ ਬਣਾਵਾਂ ਤਾਂ ਕਿ ਘੰਟੇ ਦੀ ਵੀਡੀਓ ਬਣ ਜਾਣੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸਵੇਰ ਸਵੇਰ ਦੀ ਮਾਰਨਿੰਗ ਦੀ ਰੁਟੀਨ ਵੀ ਸ਼ੇਅਰ ਕਰਦੇ ਆਂ ਔਰ ਤੁਹਾਨੂੰ ਆਪਣੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਕਰਦੇ ਆਂ ਕਿ ਮੈਂ ਵਾਈ ਰੱਖਣ ਲੱਗਾ ਤੇ ਤੁਸੀਂ ਦੁਆ ਜ਼ਰੂਰ ਕਰਨਾ ਔਰ ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਮਿਲਦਾ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਉਲਟੇ ਕਰ ਮੈਂ ਕੰਮ ਨੂੰ ਵੇੜ ਲਾਵਾਂ ਅੱਲਾ ਹਾਫਿਜ਼ ਮਾਸ਼ਾਅੱਲਾ ਇਹ ਗੰਧਮ ਬੜੀ ਖੂਬਸੂਰਤ ਲੱਗਦੀ ਪਈ ਹੈ ਤੇ ਜਿਸ ਨੇ ਵੀ ਪਿਛਲੇ ਬੀਜੀ ਹੈ ਅੱਲਾ ਪਾਕ ਉਹਦੀ ਰੋਜ਼ੀ ਵਿੱਚ ਬਰਕਤ ਦੇਵੇ ਅੱਲਾ ਪਾਕ ਉਹ ਉਹਨੂੰ ਜ਼ਿਆਦਾ ਆਮਦਨ ਦੇਵੇ ਇਸ ਥਲੇ